ਬਈ ਮੈਂ ਕੁਲਦੀਪ ਸਿੰਘ ਪਿੰਡ ਸੀੜਾਲੀ ਤੋਂ ਜੀ। ਉਹ ਜਿਹੜੇ ਦੋਸ਼ ਲਾ ਰਿਹਾ ਸ਼ਰਿਆਂ ਝੂਠ ਲਾ ਰਿਹਾ ਜੀ, ਕਿਉਂਕਿ ਮੈਂ ਆਵੇ ਉਹਨੇ ਤੁਹਾਨੂੰ ਸਬੂਤ ਦੇ ਤੇ ਆਡੀਓ ਸੁਣਾ ਦਿੱਤੀਆਂ ਵੀ ਇਹ ਸੋਸ਼ਲ ਮੀਡੀਆ ਰਾਹੀਂ ਮੈਨੂੰ ਰਾਤ ਨੂੰ ਧਮਕੀਆਂ ਦੇ ਰਿਹਾ ਸੀ ਜੀ। ਸਾਡੇ ਥਾਂ ਦਾ ਰੌਲਾ ਸੀ, ਉਹਦਾ ਰਾਜ਼ੀਨਾਮਾ ਹੋਇਆ ਸੀ। ਲੜਾਈ ਕਿੱਥੇ ਹੋਈ ਹੈ? ਲੜਾਈ ਹੈ ਬਾਈ, ਸਾਡੇ ਘਰ ਆਇਆ ਜੀ, ਘਰ ਆ ਕੇ ਬਾਰ ਖੜਕਾਇਆ ਜੀ, ਦਾਰੂ ਪੀਤੀ ਸੀ। ਇਹ 7-8 ਜਾਣੇ ਸੀ ਜੀ, ਉਹ ਦੂਜੇ ਅਣਪਛਾਤੇ ਮੈਂ ਬੰਦੇ ਨਹੀਂ ਜਾਣਦਾ ਕੌਣ ਸੀ ਜੀ। ਅਤੇ ਇਹਨੇ ਆ ਕੇ ਸਾਡਾ ਬਾਰ ਖੜਕਾਇਆ ਸੀ, ਬਾਰ ਖੋਲ੍ਹਿਆ ਜੀ। ਇਹਦੇ ਕੋਲ ਪਿਸਤੌਲ ਸੀ ਜੀ, ਇਹਨੇ ਮੇਰੇ ਭਰਾ 'ਤੇ ਪਿਸਤੌਲ ਤਣਿਆ ਜੀ। ਜਦੋਂ ਇਹਨੇ ਪਿਸਤੌਲ ਤਣਿਆ ਇਹਨੂੰ ਮੈਂ ਜਾ ਕੇ ਧੱਕਾ ਮਾਰਿਆ ਜੀ। ਇਹਦਾ ਸਿਰ ਪਤਾ ਨਹੀਂ ਇੱਟ 'ਤੇ ਵੱਜਿਆ, ਸਾਡੇ ਬਾਰ 'ਚ ਵੱਜਿਆ ਜੀ। ਇਹਦੇ ਉਸ ਕਰਕੇ ਤਾਂ ਕੋਈ ਸੱਟ ਲੱਗ ਗਈ ਆ ਜੀ। ਅਤੇ ਸਾਡੀਆਂ ਮਾਵਾਂ ਧੀਆਂ ਭੈਣਾਂ ਨੂੰ ਬਹੁਤ ਰੂਡ ਬੋਲੇ ਜੀ, ਮਹੱਲੇ ਦੀਆਂ ਧੀਆਂ ਭੈਣਾਂ ਸਾਡੀਆਂ ਸਾਰੀਆਂ ਕੋਲ ਖੜੀਆਂ ਸੀ ਜੀ। ਬਈ ਮੈਂ FRA ਸਾਰੇ ਮਹੱਲੇ ਤੋਂ ਸੈਨ ਕਰਾ ਕੇ ਜੀ ਆਪਣੇ ਬਰੂਵਾਲੀ ਥਾਣੇ ਦੇ ਵਿੱਚ ਪੇਸ਼ ਕੀਤੀ ਹੋਈ ਹੈ ਜੀ। ਇਹ ਰੀਲੀ ਘਟਨਾ ਇਹ ਹੈ ਵੀ ਆ ਰਾਤ ਜਿਵੇਂ ਆ ਹੁਣ ਆਪਾਂ ਨੂੰ ਚੱਲੀ ਜਾਂਦਾ 3-4 ਦਿਨ 'ਚ ਪੂਰੇ ਪੰਜਾਬ 'ਚ ਮਾਹੌਲ ਆ ਵੀ ਆ ਪੰਚਾਇਤੀ ਚੋਣਾਂ ਦੇ ਆ ਜਿਹੜੀ ਰਿਜ਼ਰਵੇਸ਼ਨ ਚੱਲੀ ਜਾਂਦੀ ਆ ਜਾਂ ਸਾਰੇ ਪਿੰਡਾਂ ਦਾ ਕਿਤੇ ਕੋਈ ਜਰਨਲ ਹੋ ਗਿਆ ਕੋਈ ਰਿਜ਼ਰਵ ਹੋ ਗਿਆ, ਉਹ ਜਿਹੜੀ ਘਟਨਾਕ੍ਰਮ ਪਿੰਡਾਂ 'ਚ ਕਿਉਂਕਿ ਖਾਸ ਕਰਕੇ ਮੁਕਤਸਰ ਹਲਕੇ 'ਚ ਚਲੋ ਪ੍ਰਧਾਨ ਸਾਹਿਬ ਵੱਲੋਂ ਵੀ ਡਿਊਟੀ ਹੈ, ਵੜਿੰਗ ਸਾਹਿਬ ਵੱਲੋਂ ਮੇਰੀ, ਮੈਂ ਪਿੰਡ ਪਿੰਡ ਜਾ ਕੇ ਅਤੇ ਆਪਦੇ ਚਲੋ ਜਿੰਨੇ ਵੀ ਸਾਥੀ ਹੈਗੇ ਉਹਨਾਂ ਨੂੰ ਆਹ ਲਾਭਬੰਦ ਕਰਦੇ ਹਾਂ ਵੀ ਵਧੀਆ ਬੰਦਾ ਬਣੇ, ਕੰਮ ਵਾਲਾ ਬੰਦਾ ਬਣੇ ਪਿੰਡਾਂ 'ਚ, ਸਰਪੰਚੀ ਦੇ ਜਿਹੜੇ ਹੁਣ ਦੌਰ ਚੱਲੀ ਜਾਂਦੇ। ਉਸੇ ਲੜੀ ਤਹਿਤ ਮੈਂ 10 ਵਜੇ ਆਪਦੇ ਪਿੰਡ ਆਇਆ, ਇੱਧਰੋਂ ਹੁੰਦਾ ਹੋਇਆ ਪਿੰਡਾਂ 'ਚੋਂ 4-5 ਪਿੰਡਾਂ ਦਾ ਸੀਗਾ ਅਤੇ ਪਿੰਡਾਂ 'ਚੋਂ ਹੁੰਦਾ 10 ਵਜੇ ਆਪਦਾ ਪਿੰਡ ਆਇਆ ਅਤੇ ਉਹ ਸਾਡਾ ਇੱਕ ਸਾਡਾ ਗਰੁੱਪ ਸੀਗਾ ਪਿੰਡ ਦਾ, ਉਹਦੇ 'ਚ ਗੱਲ ਜਦੋਂ ਚੱਲੀ ਗੱਲ ਚੱਲੀ ਗਈ ਅਤੇ ਉਹ ਕੋਈ 2-3 ਸ਼ਰਾਰਤੀ ਬੰਦਿਆਂ ਨੇ ਆਖਿਆ ਵੀ ਯਾਰ ਯਾਰ ਕੋਈ ਚੁੱਪ ਦੀ ਗੱਲ ਆਖੀ। ਮੈਂ ਕਿਹਾ ਅਸੀਂ ਚੰਗਾ ਨਹੀਂ ਲੱਗਦਾ, ਮੈਂ ਕਿਹਾ ਯਾਰ ਸਾਡੇ ਵਾਲੀਬਾਲ ਖੇਡਦੇ ਮੁੰਡੇ, ਮੈਂ ਕਿਹਾ ਮੈਂ ਉੱਥੇ ਆਉਣਾ ਯਾਰ ਅਤੇ ਚੱਲ ਕੋਈ ਨਹੀਂ ਆਪਾਂ ਇੱਥੇ ਸਾਡੇ ਮੈਂ ਇੱਕ ਮੁੰਡੇ ਨੂੰ ਮੈਂਬਰ ਉਠਾਉਣਾ ਸੀਗਾ, ਅਸੀਂ ਉਹ ਆਪਦੀ ਕਰੀ ਜਾਂਦੇ ਸੀ ਵਿਉਤਬੰਦੀ ਜਿਵੇਂ ਅਕਸਰ ਹੀ ਪਿੰਡਾਂ 'ਚ ਕਰਦੇ, ਮੈਂ ਉਹਨਾਂ ਦੇ ਘਰ ਜਾਣਾ ਸੀਗਾ 10 ਦੇ ਕਈ ਟਾਈਮ ਸੀਗਾ, ਮੈਂ ਕਿਹਾ ਮੈਂ ਇੱਥੇ ਆਉਣਾ ਆਪਾਂ ਗੱਲ ਕਰ ਲੈਂਦੇ ਹਾਂ। ਅਤੇ ਉਹ ਬੰਦੇ ਜਿਹੜੇ ਪਹਿਲਾਂ ਦੇਖ ਜਾਣਾ ਸੀਗਾ ਬੈਠਾ ਸੀਗਾ ਆਰਾਮ ਨਾਲ, ਅਤੇ ਮੈਂ ਉਹਦੇ ਨਾਲ ਚਲੋ ਉੱਥੇ ਅਸੀਂ ਰੁਕ ਕੇ ਗੱਲ ਕਰਨ ਲੱਗ ਗਏ, ਉਹ ਵੀ ਗੱਲ ਕਰੀ ਗਿਆ ਅਤੇ ਉਹ ਥੋੜ੍ਹਾ ਜਿਹਾ ਉਹਨੇ ਮਾਹੌਲ ਤਲਕੀ ਆ ਲੱਗੀ ਤਾਂ ਜਿਵੇਂ ਪ੍ਰੀ ਪਲੈਂਡ ਹੁੰਦਾ ਉਹਨੇ ਸਾਰਾ, ਫਿਰ ਉਹਦਾ ਬ੍ਰਦਰ ਆ ਗਿਆ ਘਰੋਂ ਅਤੇ ਉਹਦੇ ਘਰ ਨੇੜੇ ਸੀਗਾ ਅਤੇ ਅਸੀਂ ਰੋਡ 'ਤੇ ਖੜ੍ਹੇ ਸੀਗੇ, ਇਹਨਾਂ ਜਿਹੜੇ ਮੇਰੇ ਸਾਥੀ ਆ ਇਹਨਾਂ ਦੇ ਘਰ ਦੇ ਕੋਲ ਅਸੀਂ ਖੜ੍ਹੇ ਸੀ ਅਤੇ ਉਹ ਆ ਗਿਆ ਅਤੇ ਉਹਨੇ ਉਹਦੀ ਸ਼ਰਾਬ ਜ਼ਿਆਦਾ ਪੀਤੀ ਸੀ ਅਤੇ ਬਹੁਤ ਨਸ਼ੇ 'ਚ ਸੀਗਾ, ਅਤੇ ਉਦੋਂ ਬਾਅਦ 3-4 ਲੋਕ ਮੁੰਡੇ ਪਿੱਛੇ ਹੋਰ ਆ ਕੇ ਅਤੇ ਉਹਨਾਂ ਨੇ ਮੇਰੇ 'ਤੇ ਬਈ ਆਹ ਜਾਨ ਲੈਵਾ ਹਮਲਾ ਕੀਤਾ, ਪਰ ਮੈਂ ਆਹ ਕਹਿੰਦਾ ਵੀ ਇਹ ਜੀ ਹਮਲੇ ਆਟੇ 'ਚ ਨਹੀਂ ਜਾਂਦਾ ਮੈਂ, ਅਤੇ ਮੈਂ ਹੁਣ ਆਹ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਜਿੱਥੇ ਜਿੱਥੇ ਸਾਡੇ ਮੁਕਤਸਰ ਹਲਕੇ 'ਚ ਜਾਂ ਮੇਰੇ ਪਿੰਡ 'ਚ ਬੰਦੇ ਵੀ ਠਾਵਾਂਗੇ ਅਤੇ ਬਾਬੇ ਦੀ ਕਿਰਪਾ ਨਾਲ ਜਿੱਦਾਂ। ਕਿਹੜੀ ਪਾਰਟੀ ਨਾਲ ਸੰਬੰਧਿਤ ਸੀਗੇ ਜਾਂ ਕੋਈ ਇਹੋ ਜਿਹਾ ਕਿਹੜੀ ਪਾਰਟੀ ਨਾਲ ਸੰਬੰਧਿਤ ਸੀ ਜਾਂ ਕੁਛ ਇਸ ਤਰ੍ਹਾਂ ਦਾ? ਸੰਬੰਧਿਤ ਤਾਂ ਜੀ ਉਹ ਪਹਿਲਾਂ ਆਮ ਆਦਮੀ ਪਾਰਟੀ ਨਾਲ ਪਿਛਲੀ ਵਾਰੀ ਸੀਗਾ ਅਤੇ ਬਸ ਆਹ ਹੁਣ ਚੱਕਵੇਂ ਚੱਲੇ ਬਈ ਜਿਹੜੇ ਇਹਨਾਂ ਦਾ ਕੋਈ ਸੰਬੰਧ ਕਿਸੇ ਨਾਲ ਮੈਨੂੰ ਲੱਗਦਾ ਹੈ ਨਹੀਂ, ਪਰ ਰੋਲ ਜ਼ਿਆਦਾ ਸ਼ਹਿ ਜਿਹੜੀ ਉਹ ਉਹਨਾਂ ਦਾ ਇੱਕ ਰਿਸ਼ਤੇਦਾਰ ਵੀ ਹੈਗਾ ਕੁੜੀਆਂ ਸਾਹਿਬ ਨਾਲ, ਮੰਤਰੀ ਸਾਹਿਬ ਨਾਲ ਰਹਿੰਦਾ ਅਤੇ ਉਹ ਸਰਕਾਰ ਦੀ ਫਿਰ ਸ਼ਹਿਰ ਤਾਂ ਬੜੀ ਹੈਗੀ ਹੈਗੀ। ਹੁਣ ਮੰਗ ਕੀ ਕਰਦੇ ਹੈਗੇ? ਮੰਗ ਮੇਰੇ ਜੀ ਮੈਂ ਤਾਂ ਕਹਿੰਦਾ ਵੀ ਇਨਸਾਫ ਸਾਨੂੰ, ਕਿਉਂਕਿ ਚੁਣਾਵ ਤੋਂ ਤਾਂ ਅਸੀਂ ਨਾ ਕਾਂਗਰਸ ਪਾਰਟੀ ਅੱਜ ਪਿੱਛੇ ਹਟਦੇ ਹਾਂ, ਲੋਕਤੰਤਰ ਤਾਂ ਅਸੀਂ ਇਹ ਘਾਨ ਹੋਣ ਨਹੀਂ ਦੇਣਾ ਅਤੇ ਅੱਜ ਵੀ ਆ ਬਸ ਆ ਮਾੜਾ ਜਿਹਾ ਮੈਨੂੰ ਕਿਸੇ ਨਾਲ ਉਹ ਹੈ ਨਹੀਂ ਵੀ ਮੈਂ ਕਿਸੇ 'ਤੇ ਕੋਈ ਕਾਰਵਾਈ ਕਰਾਵਾਂ। ਹਾਂ ਉਹਨਾਂ 'ਤੇ ਮੈਂ ਇਹ ਆ ਨਾ ਵੀ ਉਹਨਾਂ ਨੂੰ ਬੰਦਿਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਅੱਜ ਦਾ ਬਸ ਬਾਬਾ ਸੁੱਖ ਰੱਖੇ ਅੱਜ ਦਾ ਦਿਨ ਆ, ਕੱਲ੍ਹ ਤੋਂ ਮੈਂ ਫਿਰ ਉਵੇਂ ਆਪਦਾ ਨਿਰੰਤਰ ਕੰਮ ਜਾਰੀ ਰੱਖਾਂਗੇ। ਕੋਈ ਪੁਰਾਣੀ ਰੰਜਿਸ਼ ਨਹੀਂ? ਕੋਈ ਪੁਰਾਣੀ ਰੰਜਿਸ਼ ਨਹੀਂ, ਮੇਰੇ ਉਹ ਗੱਲ ਆ ਮੈਂ ਤਾਂ ਉਹੀ ਆ ਨਾ ਵੀ ਉਹ ਚੱਕ ਚਕਾ ਕੇ ਕਿਸੇ ਦੇ ਸ਼ਹਿ 'ਤੇ ਹੋ ਗਏ, ਨਹੀਂ ਮੈਨੂੰ ਨਹੀਂ ਲੱਗਦਾ ਸੀ ਉਹ ਬੰਦੇ ਐਂ ਕਰ ਸਕਦੇ ਆ।